ਕੋਠੀਆਂ ਮਕਾਨਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟ ਸਟ ਕਰਕੇ ਜਰੂਰ ਕਲਿੱਕ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਾਉਣੀ ਆਂ ਆਪਦੀ ਕੋਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਏਰੀਆ ਚੋਂ ਆਪਣੇ ਕੋਲ ਇੱਕ ਵਧੀਆ ਪੂਰੀ ਵੀਡੀਓ ਬਣਾ ਕੇ ਭੇਜ ਦਿਓ ਤੇ ਸਾਰੀ ਜਾਣਕਾਰੀ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 6273 ਬਿਲਕੁਲ ਫਰੀ ਦੇ ਵਿੱਚ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਅੱਜ ਦੀ ਆਪਣੀ ਆਹ ਨਾਮੀ ਵੀਡੀਓ ਮੇਨੀਆਂ ਭੈਣਾ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਇੱਕ ਹੋਰ ਆਪਾਂ ਕੋਠੀ ਤੁਹਾਡੇ ਵਾਸਤੇ ਲੈ ਕੇ ਪਹੁੰਚ ਚੁੱਕੇ ਹਾਂ ਜੀ ਵਧੀਆ ਕੋਠੀ ਹੈ ਤੇ ਕੋਠੀ ਇਹਨਾਂ ਨੇ ਸੇਲ ਕਰਨੀ ਹੈ ਸੇਲ ਤੇ ਲੱਗੀ ਹੋਈ ਆ ਕੋਠੀ ਕਿਸੇ ਨੂੰ ਵੀ ਪਸੰਦ ਆਵੇ ਖਰੀਦ ਸਕਦੇ ਹਾਂ ਤੇ ਇਹਦੀ ਗੱਲਬਾਤ ਕਰਦੇ ਆਪਾਂ ਸਾਰੀ ਤੇ ਵੀਡੀਓ ਤੁਹਾਨੂੰ ਮੈਂ ਸਾਰੀ ਦਿਖਾਉਣਾਗਾ ਜਿਹੜਾ ਮੇਨ ਗੇਟ ਹੈ ਕੋਠੀ ਦਾ ਉਹਦੇ ਨਾਲ ਹੀ ਬਿਲਕੁਲ ਅੰਦਰ ਵੱਡਨ ਸਾਰੀ ਆਪਾਂ ਨੂੰ ਪਹਿਲਾਂ ਤਾਂ ਫਲਸ਼ ਤੇ ਨਾਲ ਬਾਥਰੂਮ ਮਿਲ ਜਾਊਗਾ ਫਲਸ਼ ਤੇ ਬਾਥਰੂਮ ਦੋਵੇਂ ਕੰਪਲੀਟ ਕੀਤੇ ਹੋਏ ਆ ਬਾਥਰੂਮ ਆਪਣੇ ਸਾਹਮਣੇ ਆ ਉੱਪਰ ਗਿੱਜਰ ਲੱਗਿਆ ਹੋਇਆ ਤੇ ਜਿੰਨਾ ਸਮਾਨਾ ਹੁੰਦਾ ਵਧੀਆ ਇਹਨਾਂ ਨੇ ਲਗਵਾਇਆ ਹੋਇਆ ਹੈ ਬਾਕੀ ਬਾਹਰਲੀ ਸਾਈਡ ਆਪਾਂ ਨੂੰ ਇੱਕ ਵਾਸ਼ਪੇਸ਼ਨ ਲੱਗਿਆ ਮਿਲ ਜਾਊਗਾ ਤੇ ਜਿਹੜਾ ਬਾਥਰੂਮ ਹੈ ਉਹਦੇ ਬਿਲਕੁਲ ਨਾਲ ਅਟੈਚ ਆਪਾਂ ਨੂੰ ਆਪਣਾ ਕਿਚਨ ਮਿਲ ਜੂਗਾ ਕੋਠੀ ਦਾ ਵਧੀਆ ਕਿਚਨ ਬਣਿਆ ਹੋਇਆ ਸਾਰਾ ਕੰਮ ਕਰਵਾਇਆ ਹੋਇਆ ਕੱਲਾ ਲੱਕੜ ਦਾ ਕੰਮ ਛੱਡ ਕੇ ਬਾਕੀ ਸਾਰਾ ਕਰਵਾਇਆ ਹੋਇਆ ਹੈ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਜੀ ਤੇ ਆਪਣਾ ਆ ਗਿਆ ਜੀ ਆਹ ਪਹਿਲਾ ਬੈੱਡਰੂਮ ਜਿਹੜਾ ਬੈੱਡਰੂਮ ਆਹ ਇਹਨੂੰ ਡਬਲ ਪੱਲੇ ਲੱਗੇ ਹੋਏ ਆ ਇੱਕ ਤਾਂ ਜਾਲੀ ਵਾਲਾ ਤੇ ਇੱਕ ਆਪਣਾ ਸਿੰਪਲ ਜੀ ਤੇ ਸਾਰਾ ਕਲਰ ਕਰਵਾਇਆ ਹੋਇਆ ਹੈ ਉੱਪਰੋਂ ਜੇ ਆਪਾਂ ਛੱਤ ਦੀ ਗੱਲ ਕਰੀਏ ਜੀ ਤਾਂ ਛੱਤ ਆਪਾਂ ਨੂੰ ਪੀਓਪੀ ਕੀਤੀ ਕਰਾਈ ਸਾਰੀ ਮਿਲ ਜਾਊਗੀ ਬਾਕੀ ਵਧੀਆ ਕੂਠੀ ਹੈ ਜੀ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਇਹਦੀ ਸਿਰਫ ਇੱਕ ਵਾਰੀ ਡਿਮਾਂਡ ਹੈ 22 ਲੱਖ ਰੁਪਈਆ ਬਾਕੀ ਲੱਸ ਬੱਸ ਮੌਕੇ ਤੇ ਹੋ ਜਾਊਗਾ ਜੀ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਾਰੇ ਕਿਤੇ ਫਲੋਰ ਟਾਈਲਸ ਲੱਗੀਆਂ ਮਿਲ ਜਾਣਗੀਆਂ ਉਹ ਵੀ ਵਧੀਆ ਕੁਆਲਿਟੀ ਦੀਆਂ ਬਾਕੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਉੱਪਰੋਂ ਵੀ ਛੱਤ ਦਿਖਾਈ ਛੱਤ ਸਾਰੀ ਪੀਓਪੀ ਕੀਤੀ ਕਰਾਈ ਆਪਾਂ ਨੂੰ ਮਿਲ ਜਾਊਗੀ ਵੇ ਆ ਗਿਆ ਜੀ ਆਪਣਾ ਸੈਕਿੰਡ ਵਾਲਾ ਬੈਡਰੂਮ ਜਿਹੜਾ ਬੈਡਰੂਮ ਹੈ ਕਲਰ ਸਾਰੇ ਕਿਤੇ ਹੋਇਆਗਾ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਰਿਹਾਗਾ ਵਧੀਆ ਕਲਰ ਕਰਵਾਇਆ ਹੋਇਆ ਬਹੁਤ ਸੋਹਣਾ ਬਹੁਤ ਵਧੀਆ ਲੱਗ ਰਿਹਾ ਪੂਰਾ ਚਮਕ ਰਿਹਾ ਜੀ ਸਾਰਾ ਕਮਰਾ ਹਾਂ ਬਾਕੀ ਜੇ ਆਪਾਂ ਉੱਪਰੋਂ ਗੱਲ ਕਰੀਏ ਤੁਸੀਂ ਦੇਖੋ ਜੀ ਉੱਪਰੋਂ ਪੀਓਪੀ ਦਾ ਜਿਹੜਾ ਡਿਜ਼ਾਈਨ ਬਣਿਆ ਹੋਇਆ ਬਹੁਤ ਵਧੀਆ ਸ਼ਾਨਦਾਰ ਇਹਨਾਂ ਨੇ ਬਣਵਾਇਆ ਹੋਇਆਗਾ ਕੋਠੀ ਵੀ ਬਹੁਤ ਵਧੀਆ ਹੈ ਜੇ ਤੁਹਾਨੂੰ ਮੈਂ ਜਗ੍ਹਾ ਦੀ ਗੱਲ ਕਰਾਂ ਜੀ ਤਾਂ ਆਪਣੇ ਕੋਲੇ ਕੋਠੀ ਆ 4 ਵਿਸਵੀ ਜਗ੍ਹਾ ਦੇ ਵਿੱਚ ਪਹੁੰਚੀ ਹੈਗੀ 4 ਵਿਸਵੀ ਇਹਦੀ ਜਗ੍ਹਾ ਸਾਰੀ ਤੇ ਵਧੀਆ ਸਾਰੀ ਕੋਠੀ ਇਹਨਾਂ ਨੇ ਕਵਰ ਕੀਤੀ ਹੋਈ ਹੈ 4 ਵਿਸਵੀ ਜਗ੍ਹਾ ਦੇ ਵਿੱਚ ਤੇ ਹੁਣ ਤੁਹਾਨੂੰ ਦਿਖਾਉਣਾ ਜੀ ਆਪਣਾ ਆ ਗਿਆ ਜੀ ਆ ਪੂਜਾ ਰੂਮ ਕੋਠੀ ਦਾ ਪੂਜਾ ਰੂਮ ਬਣਿਆ ਹੋਇਆ ਇੱਕ ਪਾਸੇ ਇਹਨਾਂ ਨੇ ਬਹੁਤ ਵਧੀਆ ਬਣਾਇਆ ਹੋਇਆ ਤੇ ਵਧੀਆ ਜੋੜੀ ਵਗੈਰਾ ਲੱਗੀ ਹੋਈ ਹੈ ਕਲਰ ਵਧੀਆ ਕੀਤਾ ਹੋਇਆ ਬਾਕੀ ਪਰਦੇ ਵਗੈਰਾ ਲੱਗੇ ਹੋਇਆ ਉੱਪਰੋਂ ਤੁਸੀਂ ਦੇਖ ਲਓ ਪੀਓਪ ਆ ਵੀ ਮਿਲ ਚੁਗੀ। ਬਾਕੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਕਿਉਂਕਿ ਕੋਠੀਆਂ ਜਿਹੜੀ ਬਹੁਤ ਸੋਹਣੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਜੀ। ਦੂਜੀ ਗੱਲ ਹੈ ਜਿਹੜੀ ਕੋਠੀਆਂ ਜਿਹੜੀ ਕਲਰ ਬਹੁਤ ਸੋਹਣੀ ਹੋਈ ਹੈ ਤੇ ਸਾਰੇ ਕਿਤੇ ਆਪਾਂ ਨੂੰ ਵਧੀਆ ਜੋੜੀਆਂ ਲੱਗੀਆਂ ਮਿਲ ਜਾਣਗੀਆਂ। ਜੋੜੀਆਂ ਨੂੰ ਵੀ ਕਲਰ ਹੋਏਗਾ। ਤੇ نیچے ਵਧੀਆ ਆਪਾਂ ਨੂੰ ਫਲੋਰ ਟਾਈਲਸ ਲੱਗੀਆਂ ਮਿਲ ਜਾਣਗੀਆਂ। ਤੇ ਉੱਪਰ ਵੀ ਆਪਾਂ ਚੱਲਾਂਗੇ ਆਸ-ਪਾਸੇ ਦੀ ਲੋਕੇਸ਼ਨ ਵੀ ਤੁਹਾਨੂੰ ਮੈਂ ਦਿਖਾਉਂਗਾ ਸਾਰਾ ਕੁਝ ਦਿਖਾਉਂਗਾ। ਬਸ ਤੁਸੀਂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਸਿਰਫ 22 ਲੱਖ ਰੁਪਇਆ ਇਹਦੀ ਇੱਕ ਵਾਰੀ ਡਿਮਾਂਡ ਹੈ ਤੇ ਲੈਸ ਬੈਸ ਮੌਕੇ ਤੇ ਹੋ ਜਾਊਗਾ ਕਿਸੇ ਨੂੰ ਵੀ ਪਸੰਦ ਆਵੇ ਮੇਰੀ ਭੈਣ ਨੂੰ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਆ ਕੋਠੀ ਤਾਂ ਜਾ ਕੇ ਦੇਖ ਸਕਦੇ ਹੋ ਸਾਰੀ ਆਪਦੀ ਗੱਲਬਾਤ ਕਰਕੇ ਤੇ ਕੋਠੀ ਜਿਹੜੀ ਤੁਸੀਂ ਆ ਖਰੀਦ ਸਕਦੇ ਹੋ ਜੀ ਬਾਕੀ ਉੱਪਰੋਂ ਤੁਹਾਨੂੰ ਮੈਂ ਦਿਖਾ ਰਿਹਾ ਉੱਪਰ ਗ੍ਰਿਲ ਵਗੈਰਾ ਲੱਗੀ ਹੋਈ ਹੈ ਤੇ ਆਪਾਂ ਨੂੰ ਕੋਠੀ ਦੇ ਅੰਦਰੋਂ ਹੀ ਪੌੜੀਆਂ ਉੱਪਰ ਨੂੰ ਜਾਣ ਵਾਸਤੇ ਮਿਲ ਜਾਣਗੀਆਂ ਪੋੜੀਆਂ ਤੇ ਗ੍ਰਿਲ ਲੱਗੀ ਹੋਈ ਐ ਤੇ ਕੋਠੀ ਦੇ ਮੂਹਰੇ ਇਹਨਾਂ ਨੇ ਇੱਕ ਲੋਹੇ ਦੀ ਜਿਹੜੀ ਆਪਣੀ ਚਾਦਰ ਜੀ ਆਉਂਦੀ ਆ ਉਹ ਪੁਆਈ ਹੋਈ ਐ ਤਾਂ ਕਿ ਜਦੋਂ ਆਪਣਾ ਮੀਂਹ ਆਵੇ ਜੀ ਬਾਸ਼ੜਾਵੇ ਤਾਂ ਪਾਣੀ ਜਿਹੜਾ ਸਿੱਧਾ ਅੰਦਰ ਨਾ ਜਾਵੇ ਉਹਨੂੰ ਰੋਕਣ ਵਾਸਤੇ ਤੇ ਉੱਪਰ ਆਪਾਂ ਪਹੁੰਚ ਚੁੱਕੇ ਆ ਜੀ ਆਪਣੀ ਸਾਰੀ ਆ ਗਈ ਆ ਛੱਤ ਛੱਤ ਇਹਨਾਂ ਨੇ ਵਧੀਆ ਪੱਕੀ ਕਰਵਾਈ ਹੋਈ ਐ ਸਾਰੀ ਦੀ ਸਾਰੀ ਉੱਪਰ ਗ੍ਰਿਲ ਜਿਹੜੀ ਲੱਗੀ ਹੋਈ ਐ ਇਹਨੂੰ ਇਹਨਾਂ ਨੇ ਕਲਰ ਕੀਤਾ ਹੋਇਆ ਐ ਮੁੱਖ ਕੀ ਆਸੇ-ਪਾਸੇ ਤੁਸੀਂ ਦੇਖ ਲਓ ਇਸ ਕੋਠੀ ਦੇ ਆਸੇ-ਪਾਸੇ ਆਪਾਂ ਨੂੰ ਕੋਠੀਆਂ ਤੇ ਮਕਾਨ ਮਿਲ ਜਾਣਗੇ ਤੇ ਆਪਣੇ ਕੋਲੇ ਆ ਜਿਹੜੀ ਕੋਠੀ ਪਹੁੰਚੀ ਆ ਰਿਹਾਇਸ਼ੀ ਏਰੀਏ ਚੋਂ ਆਪਣੇ ਕੋਲੇ ਪਹੁੰਚੀ ਆ ਤੁਹਾਨੂੰ ਜੇ ਮੈਂ ਦੱਸਾਂ ਜੀ ਲੋਕੇਸ਼ਨ ਤਾਂ ਆਪਣੇ ਕੋਲੇ ਕੋਠੀ ਆ ਜਿਹੜੀ ਪਹੁੰਚੀ ਆ ਸੇਲ ਵਾਸਤੇ ਰੋਪੜ ਡਿਸਟ੍ਰਿਕਟ ਚੋਂ ਪਹੁੰਚੀ ਆ ਜੀ ਇਹਨਾਂ ਦਾ ਪਿੰਡ ਬਲਮਗੜ ਬਲਮਗੜ ਦੇ ਵਿੱਚ ਕੋਠੀ ਆ ਪੈ ਜਾਂਦੀ ਆ ਜਾ ਕੇ ਦੇਖਣੀ ਹੋ ਤੁਸੀਂ ਜਾ ਕੇ ਦੇਖ ਲਓ ਤੇ ਸਾਰੀ ਗੱਲਬਾਤ ਆਪਦੀ ਕਰ ਲਿਓ ਸਾਰੀ ਗੱਲਬਾਤ ਕਰਕੇ ਪੂਰੀ ਆਪਦੀ ਤਸੱਲੀ ਕਰਕੇ ਜੀ ਤੇ ਕੋਠੀ ਜਿਹੜੀ ਆ ਤੁਸੀਂ ਖਰੀਦ ਸਕਦੋਂ ਬਾਕੀ ਤੁਹਾਨੂੰ ਥੋੜਾ ਜਿਹਾ ਮੈਂ ਬਾਹਰੋਂ ਵੀ ਦਿਖਾ ਦਨੇ ਗਲੀ ਦਿਖਾ ਦਨੇ ਤੇ ਗਲੀ ਤੁਸੀਂ ਦੇਖੋ ਜੀ ਹੁਣ ਆਪਾਂ ਥੋੜਾ ਬਾਹਰ ਨੂੰ ਚੱਲਦੇ ਆ ਬਾਕੀ ਮੇਨ ਗੇਟ ਤੁਸੀਂ ਦੇਖ ਲਿਆ ਹੋਊਗਾ ਵਧੀਆ ਮੇਨ ਗੇਟ ਇਹਨਾਂ ਨੇ ਲਗਵਾਇਆ ਹੋਇਆ ਤੇ ਆਪਾਂ ਨੂੰ ਗਲੀ ਵੀ ਪੂਰੀ ਵਧੀਆ ਮਿਲ ਜੂਗੀ ਪੂਰੀ ਚੌੜੀ ਗਲੀ ਐ ਤੇ ਗਲੀ ਦੇ ਵਿੱਚ ਆਰਾਮ ਨਾਲ ਆਪਾਂ ਕੋਈ ਵੀ ਗੱਡੀ ਲਿਆ ਸਕਦੇ ਹਾਂ ਜੀ ਗੱਡੀ ਆਰਾਮ ਨਾਲ ਆਜੂਗੀ ਤੇ ਆਪਣੀ ਕੋਠੀ ਦੇ ਅੰਦਰ ਸਿੱਧੀ ਲੱਗ ਜਾਊਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਤੁਹਾਨੂੰ ਕੋਠੀ ਆ ਵਧੀਆ ਲੱਗ ਰਹੀ ਹੈ ਜੀ ਤੇ ਸਾਰੇ ਜਣੇ ਮਿਲ ਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕੋਠੀ ਦੇ ਵਿੱਚ ਆਪਾਂ ਨੂੰ ਟੋਟਲ ਤਿੰਨ ਤਾਂ ਬੈੱਡਰੂਮ ਮਿਲ ਜਾਣਗੇ ਇੱਕ ਹਾਲ ਤੇ ਇੱਕ ਕਿਚਨ ਤੇ ਬਾਥਰੂਮ ਤੇ ਫਲਸ਼ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤਾ ਹਾਂ ਬਾਕੀ ਉੱਪਰ ਵੀ ਆਪਾਂ ਲਿਖ ਕੇ ਪਹਿਲਾਂ ਲਾ ਰੱਖਿਆ ਸੀਗਾ ਸਿਰਫ 22 ਲੱਖ ਰੁਪਇਆ ਰੇਟ ਹੈ ਤੇ ਲੈਸ ਬੈਸ ਮੁਕਿਤ ਹੋ ਜਾਊਗਾ ਮਾਲਕ ਕਹਿੰਦੇ ਆ ਵੀ ਸਾਡੀ ਇੱਕ ਡਿਮਾਂਡ ਹੈ ਜਦੋਂ ਤੁਸੀਂ ਕੋਠੀ ਦੇਖਣ ਆਉਂਗੇ ਕਿਸੇ ਨੇ ਦੇਖਣੀ ਹੋਵੇ ਦੇਖਣ ਜਾਉਂਗੇ ਤੁਸੀਂ ਜਿਹੜਾ ਰੇਟ ਹੈ ਮੁਕਤੀ ਅਡਜਸਟਮੈਂਟ ਹੋ ਜਾਊਗਾ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਹ ਓਨਰ ਦਾ ਨੰਬਰ ਆਪਾਂ ਸਕਰੀਨ ਤੇ ਦੋ ਵਾਰੀ ਦੇ ਦਿੱਤਾ ਸੀਗਾ ਦੋ ਤਿੰਨ ਵਾਰੀ ਤੁਸੀਂ ਨੋਟ ਕਰ ਲਿਆ ਹੋਊਗਾ ਬਾਕੀ ਸਕਰੀਨ ਤੇ ਵੀ ਮੈਂ ਦੇ ਦੇ ਰੱਖਿਆ ਸੀਗਾ ਤੇ ਤੁਹਾਨੂੰ ਨੋਟ ਵੀ ਕਰਵਾ ਦੇਣਾ ਜੀ ਨੰਬਰ ਹੈ 7901953796 ਦੁਬਾਰਾ ਫਿਰ ਤੋਂ ਨੋਟ ਕਰ ਲਓ 7901953796 ਇਸੇ ਨੰਬਰ ਤੇ ਫੋਨ ਤੁਸੀਂ ਲਗਾ ਸਕਦੇ ਹੋ ਕੋਈ ਵੀ ਗੱਲਬਾਤ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਗੱਲਬਾਤ ਕਰਕੇ ਤੇ ਖਰੀਦ ਸਕਦੇ ਹੋ ਜੀ ਆ ਕੋਠੀ। ਬਾਕੀ ਵੀਡੀਓ ਸਾਰੀ ਤੁਸੀਂ ਦੇਖ ਲਈਂ, ਸਾਰੀ ਕੋਠੀ ਦੀ ਵੀਡੀਓ ਦੇਖ ਲਈਂ ਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਤੁਸੀਂ ਰੋਪੜ ਸਾਈਡ ਤੋਂ ਕਾਫੀ ਕਮੈਂਟ ਪਾਈ ਸੀਗੇ। ਵਧੀਆ ਰੇਟ ਦੀ ਕੋਠੀ ਵਾਸਤੇ ਲੈ ਕੇ ਆਪਾਂ ਪਹੁੰਚ ਚੁੱਕੇ ਹਾਂ ਜੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਹੜੇ ਏਰੀਆ ਚ ਕੋਠੀ ਚਾਹੀਦੀ ਆ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਇੱਕ ਕਮੈਂਟ ਪਾ ਦਿਓ ਜੀ ਰੇਟ ਦਾ ਤੇ ਏਰੀਏ ਦਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਵਾਸਤੇ ਓਨੇ ਕਰੇਡ ਦੇ ਵਿੱਚ ਉਹੋ ਜੀ ਕੋਠੀ ਮੈਂ ਲੈ ਕੇ ਪਹੁੰਚ ਜਾਊਗਾ ਤੇ ਕਿਸੇ ਨੇ ਵੇਚਣੀ ਹੋਵੇ ਆਪਦੀ ਕੋਠੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਮੇਰੇ ਭਰਾ ਕੋਲ ਆ ਮੇਰੇ ਵੱਡੇ ਬਜ਼ੁਰਗ ਕੋਲ ਆ ਮੇਰੀ ਭੈਣ ਕੋਲ ਆ ਮੇਰੀ ਮਾਤਾ ਕੋਲ ਆ ਕੋਠੀ ਐ ਸੇਲ ਕਰਨੀ ਐ ਬਸ ਆਪਣੇ ਕੋਲ ਇੱਕ ਤਾਂ ਵਧੀਆ ਵੀਡੀਓ ਬਣਾ ਕੇ ਤੇ ਸਾਰੀ ਜਾਣਕਾਰੀ ਭੇਜ ਦਿਓ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਐਡ ਲਗਾ ਦਿੱਤੀ ਜਾਊਗੀ ਤੇ ਆਪਣੇ ਚੈਨਲ ਦਾ ਜਿਹੜਾ ਸਬਸਕ੍ਰਾਈਬ ਵਾਲਾ ਬਟਨ ਹੈ ਉਹਨੂੰ ਕਲਿੱਕ ਜ਼ਰੂਰ ਕਰ ਦੋ ਤੇ ਆਪਣਾ ਇੰਸਟਾਗ੍ਰam ਦਾ ਅਕਾਊਂਟ ਵੀ ਹੈ ਉਹਨੂੰ ਵੀ ਫੋਲੋ ਜ਼ਰੂਰ ਕਰ ਲਓ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਤੇ ਮਿਲਦੇ ਆਂ ਜੀ ਜਲਦੀ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣ ਗਈਆਂ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚੱਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਬਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੂੰਗੀ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ